ਜਿਹੜੀ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਹਾਂ ਬਰਨਾਲੇ ਦੇ ਵਿੱਚ, ਇੱਕ ਵਿਸ਼ੇਸ਼ ਜਿਹੜੀ ਖਬਰ ਮਿਲੀ ਹੈ ਵੀ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆ ਰਹੇ ਨੇ ਪ੍ਰਨੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਦੇ। ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਦੇ 'ਤੇ ਸੱਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ, 2021 ਦੇ ਕਿਸਾਨ ਅੰਦੋਲਨ ਦੌਰਾਨ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਕਰਕੇ, ਅਤੇ 10 ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਅਤੇ ਮਜ਼ਦੂਰ ਵਿਰੋਧੀ ਜਾਂ ਛੋਟੇ ਦੁਕਾਨਦਾਰ ਅਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚ, ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ। ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਤਿਆਰੀ ਹੈ। ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸੰਬੰਧ 'ਚ ਰੱਖੀ ਸੀ, ਅਤੇ ਉਹਦਾ ਜ਼ੋਰਦਾਰ ਤਿਆਰੀਆਂ ਕਿਵੇਂ ਕਿਵੇਂ ਕਰਨੀਆਂ ਨੇ ਸਾਰੀਆਂ, ਉਹ ਅਸੀਂ ਜੋਤਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਥੇ ਲਾਉਣੇ ਆ ਉਹਦੀ ਤਿਆਰੀ 'ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ। ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖੋ। ਹਾਂਜੀ ਅੱਜ ਦੀ ਘੜੀ ਤਾਂ ਦੇਖੋ ਇਹ ਹੈ ਵੀ ਹੈ ਤਾਂ ਕਾਲ ਇਹ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਬੀਜੇਪੀ ਦਾ ਵਿਰੋਧ ਕਰੋ, ਮੋਦੀ ਦਾ ਵਿਰੋਧ ਕਰੋ। ਦੂਜੀਆਂ ਜਥੇਬੰਦੀਆਂ ਕੀ ਕਰ ਰਹੀਆਂ ਨੇ ਜਿਹਦਾ ਉਹਨਾਂ ਨਾਲ ਰਾਬਤਾ ਨਹੀਂ ਹੋਇਆ, ਅਸੀਂ ਆਪਣੀ ਜਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ। ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ, ਮੈਨੂੰ ਲੱਗਦਾ ਹੈ ਵੀ ਵਿਰੋਧ ਉਹ ਵੀ ਕਰਨਗੇ, ਉਹਨਾਂ ਦਾ ਕੀ ਤਰੀਕਾ ਹੈ, ਤਰੀਕਾਕਾਰ ਉਹਨਾਂ ਦਾ ਦੱਬਦਾ ਹੋਊਗਾ, ਪਰ ਸਾਡਾ ਮੰਚ ਵੀ ਵੱਖਰਾ ਹੋਊਗਾ, ਸਾਡਾ ਐਕਸ਼ਨ ਵੀ ਅਸੀਂ ਅੱਡ ਜਾਣ ਦਾ ਤਾਂ ਸਾਧਨਾਂ ਤੇ ਜਾਣਾ ਜੀ, ਬੱਸਾਂ ਤੇ ਜਾਵਾਂਗੇ ਅਸੀਂ, ਆਪਦੇ ਵਹੀਕਲਾਂ ਦਾ ਹੀ ਜਾਵਾਂਗੇ, ਮਾਰਚ ਕਰਾਂਗੇ ਉੱਧਰ ਨੂੰ ਪਟਿਆਲੇ ਵੱਲ ਨੂੰ, ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੀ ਹਾਲਤ ਕਹੀ ਜੀ, ਉਹਨਾਂ ਨੂੰ ਕਿਹੋ ਜਿਹੇ ਮਤਲਬ ਆਦੇਸ਼ ਦਿੱਤੇ ਹੋਏ ਨੇ, ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਜੋਤ ਹੋਵੇ ਜਾਂ ਅਗਵਾ ਨੂੰ ਗ੍ਰਿਫਤਾਰ ਕਰਨ ਦੀ ਹੋਵੇ, ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ। ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ, ਵਿਰੋਧ ਹੋਊਗਾ ਉਹਦਾ, ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊਗਾ। ਪ੍ਰਸ਼ਾਸਨ ਨੇ ਪਹਿਲਾਂ ਰੋਕਣ ਦਾ ਕੋਈ ਬੰਦੋਬਸਤ ਕੀਤਾ? ਹਾਂਜੀ, ਇਹ ਪਹਿਲਾਂ ਪ੍ਰਸ਼ਾਸਨ ਨੇ ਕੋਈ ਬੰਦੋਬਸਤ ਕੀਤਾ? ਪ੍ਰਸ਼ਾਸਨ ਦਾ ਕੰਮ ਹੈ ਉਹਦਾ ਕਰਨਾ, ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ, ਉਹ ਕਿਤੇ ਕੀ ਕਰਦੇ ਨੇ ਪਹਿਲਾਂ ਜ਼ਿਕਰ ਕਰਕੇ ਹਟਿਆ ਵੀ ਉਹ ਛਾਪੇਮਾਰੀ ਕਰਦੇ ਨੇ, ਗ੍ਰਿਫਤਾਰੀਆਂ ਕਰਦੇ ਨੇ, ਉਹਦਾ ਅਸੀਂ ਪਹਿਲਾਂ ਤਿਆਰੀ ਹੈ ਸਾਡੀ, ਉਹ ਅਸੀਂ ਪੂਰਾ ਬੰਦੋਬਸਤ ਉਹ ਹੈ, ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ, ਅਤੇ ਜੇ ਪ੍ਰਸ਼ਾਸਨ ਹੋਣ ਦੇਊਗਾ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਅਸੀਂ ਉਹਦੇ ਤਰੀਕੇ ਨਾਲ ਹੀ, ਆਪਦੇ ਤਰੀਕੇ। ਅਸੀਂ ਫਿਲਹਾਲ 23 ਤਰੀਕ ਵਾਲਾ, 23 ਵਾਲਾ ਹੈਗਾ ਕਹਾਂ, ਉਹ 24 ਨੂੰ ਜਲੰਧਰ ਜਾ ਰਹੇ ਨੇ, 24 ਦੇ ਵਿੱਚ ਜਲੰਧਰ ਵਾਲੇ ਜਥੇਬੰਦੀਆਂ ਕੀ ਸੋਚਦੀਆਂ ਨੇ, ਮੇਰੇ ਖਿਆਲ 25 ਦਾ ਗੁਰਦਾਸਪੁਰ ਦਾ 3 ਦਿਨਾਂ ਦਾ, ਪਤਾ ਲੱਗਿਆ ਵੀ ਉਹਨਾਂ ਨੇ 8 ਜਗ੍ਹਾ ਤੇ ਹੋਰ 5 ਜਗ੍ਹਾ ਤੇ ਹੋਰ ਆਉਣਾ, ਉਹਦੇ ਬਾਰੇ ਜਾਣਕਾਰੀ ਨਹੀਂ ਮਿਲੀ, ਅੱਗੇ ਜਿਹੀ ਜਾਣਕਾਰੀ ਮਿਲਦੀ ਜਾਊਗੀ ਜਿੱਥੇ ਜਿੱਥੇ ਕਿੱਥੇ ਕੀ ਹੁੰਦਾ ਉੱਥੇ ਮੌਕੇ ਨਾਲ ਦੇਖ। ਫਿਲਹਾਲ 23 ਤਰੀਕ ਵਾਲਾ, ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਦੋਂ ਮੁੜ ਗਏ ਸੀ, ਉਹਦਾ ਆਪਦੇ ਕਾਰਨਾਂ ਕਰਕੇ ਮੁੜ ਗਏ ਸੀ, ਪ੍ਰਦਰਸ਼ਨ ਤਾਂ ਉਦੋਂ ਵੀ ਜ਼ੋਰਦਾਰ ਹੋਏ ਨੇ, ਉਦੋਂ ਕੁਛ ਇਸ਼ੂ ਹੋਰ ਸੀਗਾ, ਅਤੇ ਇਹ ਹੁਣ ਹੋਰ ਗੱਲ ਹੈ, ਯਾਨੀ ਹੁਣ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ, ਉਹ ਕਹਿੰਦੇ ਆਪਦੇ ਕਾਰਨਾਂ ਕਰਕੇ ਇਕੱਠ ਨਹੀਂ ਸੀ ਹੋਇਆ, ਬਰਸਾਤ ਪੈ ਗਈ ਜਾਂ ਉਹਨਾਂ ਤੋਂ ਬੰਦੋਬਸਤ ਨਹੀਂ ਆਇਆ ਜਾਂ ਲੋਕ ਨਹੀਂ ਆਏ, ਉਹਨਾਂ ਦੋਨਾਂ ਆਪਦਾ ਕਾਰਨ ਹੋ। ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ, ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨ ਆਉਣਾ, ਲੋਕਾਂ ਕੋਲੇ ਦੱਸਣ ਦਾ ਉਹਨਾਂ ਦਾ ਜਮਹੂਰੀ ਹੱਕ ਉਹ ਆਉਣ, ਅਸੀਂ ਵੀ ਆਪਣੇ ਤਰੀਕੇ ਨਾਲ ਆਪਦੇ ਲੋਕਾਂ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲ ਪਰਚੀਆਂ ਲੈ ਕੇ ਪਾਵਰ ਹਾਸਲ ਕਰਨ ਦੇ ਦੁਬਾਰੇ ਆਏ ਨੇ, 10 ਸਾਲ ਹੋ ਗਏ ਜਿਹਨਾਂ ਨੂੰ ਰਾਜ ਕੇ, 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ, ਅਤੇ ਲੋਕਾਂ ਨਾਲ ਇਹਨਾਂ ਨੇ ਕਿੰਨੀ ਧੋਖ ਵਿਸ਼ਵਾਸਘਾਤ ਕੀਤਾ, ਅਤੇ ਕਿਹੜੇ ਕਿਹੜੇ ਕਾਰਪੋਰੇਟ ਨੂੰ ਮੁਨਾਫੇ ਦੇ ਕੇ ਕਿਹੜੇ ਕਿਹੜੇ ਕਿੱਤੇ ਇਹਨਾਂ ਨੇ ਹੁਣ ਤੱਕ ਤਬਾਹ ਕੀਤੇ ਨੇ,
ਜਿਹੜਾ ਪ੍ਰਚੂਨ ਖੇਤਰ ਹੈ ਉਹ ਤਬਾਹ ਕੀਤਾ, ਛੋਟੀ ਸਨਅਤ ਤਬਾਹ ਕੀਤੀ ਹੈ, ਸਾਰਾ ਪਬਲਿਕ ਸੈਕਟਰ ਵੇਚ ਕੇ ਕਾਰਪੋਰੇਟਰ ਨੇ ਹੱਥਾਂ 'ਚ ਦਿੱਤਾ। ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਵਰਤਾ ਕੇ ਕਾਰਪੋਰੇਟ ਦੇ ਪੱਖ 'ਚ ਭੁਗਤੀਆਂ ਨੇ, ਕਾਰਪੋਰੇਟਾਂ ਦਾ ਮੁਨਾਫਾ ਨੋਟਬੰਦੀ ਕਰਕੇ, GST ਵਗੈਰਾ ਕਰਕੇ, LCA ਲਿਆ ਕੇ, ਅਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕ ਦੀਆਂ ਕਾਰਗੁਜ਼ਾਰੀਆਂ ਲੋਕਾਂ ਦੇ ਸਾਹਮਣੇ ਨੇ, ਲੋਕਾਂ ਨੂੰ ਪਤਾ, ਉਹ ਲੈ ਕੇ ਜਾਵਾਂਗੇ ਅਤੇ ਇਹਨਾਂ ਨੂੰ ਲੰਗੇ ਕਰਾਂਗੇ ਵੀ ਹੁਣ ਇਹਨਾਂ ਨੂੰ ਮੂੰਹ ਨਾ ਲਾਓ, ਅਸੀਂ ਸੱਦਾ ਦਿੱਤਾ। ਦੇਖੋ ਸ਼ੰਭੂ ਬਾਰਡਰ ਵਾਲਾ ਉਹਨਾਂ ਸਾਥੀਆਂ ਦਾ, ਇਹ ਤਾਂ ਉਹਦਾ ਜਵਾਬ ਵੀ ਦੇ ਸਕਦੇ ਨੇ, ਉਹਨਾਂ ਕਿੰਨਾ ਚਿਰ ਚਲਾਉਣਾ, ਸਮਾਪਤ ਕਰਨਾ ਕਿ ਨਹੀਂ ਕਰਨਾ, ਉਹਨਾਂ ਕੋਲ ਮੈਨੂੰ ਉੱਚਾ ਸੁਣਦਾ। ਐਸਕੇਐਮ ਦਾ ਐਲਾਨ ਆਹ ਜਿਹੜਾ ਮੈਂ ਕਹਿ ਰਿਹਾ ਵੀ BJP ਦਾ ਵਿਰੋਧ ਕਰੋ, ਇਹ ਐਸਕੇਐਮ ਦਾ ਐਲਾਨ ਆ, ਉਹਨਾਂ ਦੀ ਗੈਰ ਰਾਜਨੀਤਿਕ ਐਸਕੇਐਮ ਦਾ ਕੀ ਹੈ ਉਹਨਾਂ ਦਾ, ਉਹ ਤਾਂ ਸੋਚਣ, ਉਹ ਉਹਨਾਂ ਨੇ ਕੀ ਕਰਨਾ, BJP ਦਾ ਵਿਰੋਧ ਕਰਨਾ, ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ, ਇਹ ਉਹਨਾਂ ਦਾ ਕੰਮ ਹੈ, ਉਹਦੇ ਬਾਰੇ ਆਪਾਂ ਕੁਛ ਨਹੀਂ ਕਰ ਸਕਦੇ। ਕਿੰਨੀ ਕੁ ਸੰਖਿਆ ਲਈ ਲੈ ਕੇ ਜਾਣਗੇ ਲੋਕੀ, ਕਿ ਥੱਲੇ ਮਾਪ ਰਹੇ ਕੁਛ ਜ਼ਿਲ੍ਹਿਆਂ ਦੇ ਬੰਦੇ ਜਾਣਗੇ ਜੀ? ਨਹੀਂ, ਇਹ ਅਸੀਂ ਐਂ ਤਾਂ ਅਜੇ ਬਣਾਉਣਾ, ਅਸੀਂ ਅਜੇ ਬਣਾਉਣਾ ਵੀ ਕਿੰਨੀ ਕੁ ਤਾਕਤ ਆਪਾਂ ਉੱਥੇ ਲਾ ਦਈਏ, ਕਿੰਨੀ ਕੁ ਕਿਹੜੇ ਕਿਹੜੇ ਜ਼ਿਲ੍ਹਿਆਂ ਨੂੰ ਭੇਜੀਏ, ਅਜੇ ਪੱਕੇ ਤੌਰ ਤੇ ਸਾਡਾ ਤੈਅ ਨਹੀਂ ਕੀਤਾ, ਇਹ ਤੈਅ ਪੂਰੇ ਸੂਬਾ ਨਹੀਂ ਜਾਊਗਾ, ਤੈਅ ਕਰਨਾ ਬਾਕੀ ਹੈ। ਇੱਕ ਤੁਸੀਂ ਜ਼ਮੀਨੀ ਮਾਮਲੇ ਨੂੰ ਲੈ ਕੇ ਉਮੀਦ ਹੈ ਨੂੰ 20 ਤਰੀਕ ਤੱਕ ਅਲਟੀਮੇਟਮ ਦਿੱਤਾ ਹੋਇਆ ਸੀ, ਉਹ ਪੂਰਾ ਹੋ ਚੁੱਕਿਆ ਹੈ? ਗੜੇਮਾਰੀ ਦਾ ਜਿਹੜਾ ਮਾਮਲਾ ਸੀ 16 ਕਰੋੜ ਰੁਪਇਆ, ਯਾਨੀ 15 ਕਰੋੜ ਕੁਛ ਪਲੱਸ ਬਠਿੰਡੇ ਦਾ ਸੀ ਗੜੇਮਾਰੀ ਦਾ, 1 ਕਰੋੜ ਕੁਛ ਪਲੱਸ ਸੰਗਰੂਰ ਦੇ ਵਿੱਚ ਸੀ, ਉਹ ਵੰਡਿਆ ਗਿਆ ਲਗਭਗ ਸੰਗਰੂਰ ਆਤਾ ਸਾਰਾ, ਜ਼ਮੀਨ ਛੁਡਾ ਲਈ ਗਈ ਬਠਿੰਡੇ ਵਾਲਾ ਵੰਡਿਆ ਗਿਆ, ਕੁਛ ਛੁੱਟ ਗਏ, ਜ਼ਮੀਨ ਛੁੱਟ ਗਈ, ਜਹਾਂਗੀਰ ਵਾਲੀ ਜ਼ਮੀਨ ਦੇ ਜਿਹੜੇ ਕੇਸ ਦੀਆਂ ਜੋ ਕੁਛ ਗੱਲਾਂ ਸੀ, ਕੁਛ ਕੋਰਟ ਦੇ ਵਿੱਚ ਸੀ, ਕੁਛ ਕੇ ਪਰਚੇ ਦਰਜ ਕਰਨੇ ਸੀ, ਉਹ ਜਾਨੀ ਉਹਨਾਂ ਨੇ ਪਰਚੇ ਦਰਜ ਵੀ ਕਰਤੇ, ਕੁਛ ਗੱਲਾਂ ਕਰਤੀਆਂ, ਕੁਛ ਪ੍ਰੋਸੈਸ ਹੈ ਕੋਰਟ ਦਾ, ਜਿਹੜਾ ਤੁਹਾਡਾ ਲੌਂਗ ਟਰਮ ਦਾ, ਲੰਮੇ ਟਰਮ ਦਾ, ਜਿਹੜਾ ਕੋਈ ਸਮਾਂ ਮੰਗਦਾ, ਉਹ ਚੱਲ ਕਰਾਂਗੇ ਆਪਾਂ। ਦੇਖੋ ਫਿਲਹਾਲ ਤਾਂ ਮਤਲਬ ਅਜੇ ਉਹ ਡਰੋਪ ਕਰ ਲਿਆ। ਹਾਂ ਜੀ, ਗੁਰਨਾਥ ਸਾਹਿਬ ਪਹਿਲਾਂ ਵੀ ਇੱਕ ਚਰਚਾ ਚੱਲਦੀ ਸੀ 2022 ਚੋਣਾਂ ਚ ਆਪ ਦੀ ਕੀ ਦੂਜੀ ਦੀ ਕੀ, ਸਗੋਂ ਸਾਡਾ ਤੁਸੀਂ ਸਟੇਟਮੈਂਟ ਪੜ੍ਹ ਲਓ, ਸਾਡਾ ਇੱਕ ਲਿਖਤ ਕੱਢੀ ਹੈ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਚੋਣਾਂ ਦੇ ਸਮਝ, ਇੱਕ ਚਿੱਠੀ ਹੈ ਮੇਰੇ ਖਿਆਲ ਸਾਡੀ ਹੁਣ ਕਿਤਾਬ ਪਈ ਹੈ, ਪੜ੍ਹ ਲਓ ਤੁਸੀਂ, ਸਾਡੀ ਇਹ ਪਹੁੰਚ ਹੀ ਨਹੀਂ ਵੀ ਕਿਸੇ ਪਾਰਟੀ ਤੇ ਸਾਡਾ ਭਰੋਸਾ ਹੋਵੇ। ਅੱਜ ਦੀ ਮੀਟਿੰਗ 17 ਤਰੀਕ ਦੀ ਬਰਨਾਲੇ ਦੇ ਵਿੱਚ ਅਸੀਂ ਭੈਣਾਂ ਦੀ ਮੀਟਿੰਗ ਕੀਤੀ ਹੈ, ਉਹ ਮੀਟਿੰਗ ਦੇ ਵਿੱਚ ਸਾਡਾ ਇਹ ਹੈ ਵੀ ਕਿਸੇ ਵੀ ਸਰਕਾਰ ਤੋਂ ਜਿਹੜੀਆਂ ਇਹ ਨਵੀਆਂ ਆਰਥਿਕ ਨੀਤੀਆਂ ਤੇ ਚੱਲਣ ਵਾਲੀ ਹੈ, ਜਿਹੜੀਆਂ ਵਿਸ਼ਵ ਭਾਰ ਸੰਸਥਾ ਦੇ ਨੀਤੀਆਂ ਤੇ ਚੱਲਣ ਵਾਲੀ ਸਰਕਾਰਾਂ, ਉਹ ਕਿਰਤੀ ਲੋਕਾਂ ਦਾ, ਮਜ਼ਦੂਰਾਂ ਦਾ, ਛੋਟੇ ਦੁਕਾਨਦਾਰ ਦਾ, ਛੋਟੀ ਸਨਅਤ ਦਾ ਇਹ ਫਾਇਦਾ ਕਰ ਹੀ ਨਹੀਂ ਸਕਦੇ, ਇਸ ਕਰਕੇ ਸਾਡਾ ਇਹਨਾਂ ਤੇ ਭਰੋਸਾ ਨਹੀਂ, ਅਸੀਂ ਆਪ ਆਣ ਕੇ ਕਿਵੇਂ ਭਰੋਸਾ ਕਰ ਲਾਂਗੇ? ਅਸੀਂ ਤਾਂ ਇਹ ਕਿਹਾ ਵੀ ਉਹ ਤੁਹਾਡੇ ਦੇਖੇ ਹੋਏ ਨੇ, ਇਹ ਤੁਸੀਂ ਦੇਖੇ ਨਹੀਂ, ਜਦੋਂ ਤੁਸੀਂ ਦੇਖ ਲਏ ਇਹ ਉਦੋਂ ਤਕੜਾ ਡੰਗ ਮਾਰਨਗੇ ਆਹ ਤੁਹਾਡੇ ਸਾਹਮਣੇ। ਭਾਜਪਾ ਦਾ ਵਿਰੋਧ ਆ, ਉਹ ਨੀਤੀਆਂ ਕਰਕੇ ਕਿਸਾਨ ਗਠਜੰਬੀਆਂ ਕਰ ਰਹੇ ਨੇ, ਲੇਕਿਨ ਸਟੇਟ ਗਵਰਨਮੈਂਟ ਦਾ ਨਹੀਂ ਕਰ ਰਹੇ, ਜਾਖੜ ਦਾ ਦੋਸ਼ ਹੈ ਭਾਜਪਾ ਦੇ ਆਗੂਆਂ ਦਾ ਕਿ ਤੁਸੀਂ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਬਾਹਰ ਪਹਿਚਾਉਣ ਦੇ ਕਰਕੇ ਸਾਰਾ ਕੰਮ ਕੀਤਾ ਜਾ ਰਿਹਾ। ਦੇਖੋ ਕਿਸੇ ਵੀ ਪਾਰਟੀ ਦਾ ਜਦੋਂ ਕੋਈ ਵਿਰੋਧ ਹੁੰਦਾ ਉਹਦੀਆਂ ਨੀਤੀਆਂ ਕਰਕੇ ਹੁੰਦਾ, BJP ਉਹਨਾਂ ਨੀਤੀਆਂ ਤੇ ਚੱਲਦੀ ਹੈ ਜਿਹੜੀਆਂ ਆਲਰੇਡੀ ਕਾਂਗਰਸ ਚੱਲਦੀ ਰਹੀ ਹੈ, ਕੋਈ ਕਾਂਗਰਸ ਹੁਣ ਨਵਾਂ ਕੁਛ ਲੈ ਕੇ ਨਹੀਂ ਆ ਰਹੀ, ਜਿਹੜਾ ਕੁਛ ਕਾਂਗਰਸ ਨੇ ਨਵੀਆਂ ਆਰਥਿਕ ਨੀਤੀਆਂ ਤੇ ਵਿਸ਼ਵ ਭਾਰ ਸੰਸਥਾ ਦੀਆਂ ਨੀਤੀਆਂ ਜਿਹੜੀਆਂ ਤੇ 1991 ਦੇ ਵਿੱਚ ਨਰਸਿਮਹਾ ਰਾਓ ਨੇ ਤੇ ਮਨਮੋਹਨ ਸਿੰਘ ਨੇ ਦਸਤਖਤ ਕਰਕੇ ਸਹਿਮਤੀ ਦਿੱਤੀ ਹੈ, ਉਹ ਨੀਤੀਆਂ ਇਹਨਾਂ ਨੇ ਇੰਪਲੀਮੈਂਟ ਜ਼ੋਰ ਨਾਲ ਕੀਤੀਆਂ ਨੇ, ਜਿਵੇਂ ਇਹਨਾਂ ਦੀ ਮਤਲਬ ਸਬਸਿਡੀ, ਖੇਤੀ ਧੰਦੇ ਤੇ ਸਬਸਿਡੀ ਖਤਮ ਕਰਨੀ ਹੈ, ਵੱਡੇ ਵੱਡੇ ਸ਼ੀਲੂ ਗੋਦਾਮ ਖੋਲ੍ਹ ਕੇ
ਦਾਣਾ ਮੰਡੀਆਂ ਖਤਮ ਕਰਨੀਆਂ ਨੇ, ਜਿਹਨੇ ਵੱਡੇ ਵੱਡੇ ਸ਼ੋਪਿੰਗ ਮਾਲ ਖੋਲ੍ਹ ਕੇ ਪਰਚੂਨ ਖੇਤਰ ਖਤਮ ਕਰਨਾ ਹੈ, ਉਹ ਸਾਰੀਆਂ ਪੋਲਸੀਆਂ ਇਹਨਾਂ ਨੇ ਜਿਹੜੀਆਂ ਮਤਲਬ ਵਿਸ਼ਵ ਭਰ ਸੰਸਦ ਦੀਆਂ ਪੋਲਸੀਆਂ ਨਵੀਂ ਆਰਥਿਕ ਪੋਲਸੀਆਂ ਨੇ, ਉਹ ਸਾਰੇ ਧੰਦਿਆਂ ਦੇ ਉਹ ਪੋਲਸੀਆਂ ਲਾਗੂ ਕਰਕੇ ਸਾਰੇ ਧੰਦਿਆਂ ਦਾ ਨੁਕਸਾਨ ਕੀਤਾ, ਸਾਰਾ ਕਾਰੋਬਾਰ ਠੱਪਾ, ਤੁਸੀਂ ਬਾਜ਼ਾਰ ਸ਼ਹਿਰ ਦੇ ਰਹਿਣ ਵਾਲੇ ਹੋ, ਤੁਸੀਂ ਦੁਕਾਨਾਂ ਨਾਲ ਸੰਬੰਧਿਤ ਹੋ, ਸਾਰਾ ਕਾਰੋਬਾਰ ਮੇਰੀ ਸਮਝ ਦੇ ਵਿੱਚ ਕੋਈ ਇਹੋ ਜਿਹਾ ਕਾਰੋਬਾਰ ਨਹੀਂ ਜਿਹੜਾ ਆਪਣੇ ਆਪ ਨੂੰ ਇਹ ਕਹਿ ਸਕਦਾ ਵੀ ਆਪ ਮੈਂ ਆਪਦੀ ਕਮਾਈ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ, ਮੈਂ ਸੈਟਿਸਫਾਈ ਹਾਂ, ਇਹੋ ਜਿਹਾ ਕੋਈ ਨਹੀਂ। ਨਾ ਰੁਜ਼ਗਾਰ ਹੈ, ਨਾ ਕਿਸਾਨਾਂ ਕੋਲੇ ਕੰਮ ਹੈ, ਨਾ ਮਜ਼ਦੂਰਾਂ ਕੋਲੇ ਕੰਮ ਹੈ, ਸਾਰੀ ਛੋਟੀ ਦੁਕਾਨਦਾਰੀ ਫੇਲ ਹੈ, ਸਾਰੀ ਇੰਡਸਟਰੀ ਫੇਲ ਹੈ, ਜਿਹੜੀ ਸਾਰੇ ਧੰਦੇ ਨੇ ਜਿਹੜੇ ਉਹ ਚੌਪਟ ਕੀਤੇ ਨੇ, ਤੇ ਸਿਰਫ ਇੱਕ ਫਾਇਦਾ ਹੋਇਆ ਕਾਰਪੋਰੇਟਾਂ ਨੂੰ, ਉਹਨਾਂ ਦੇ ਮੁਨਾਫੇ ਦੁੱਗਣੇ ਚੌਗਣੇ 10 ਗੁਣਾ ਵਧੇ। ਇਹਦੇ ਚ ਮੈਂ ਥੋੜਾ ਜਿਹਾ ਵਾਧਾ ਕਰਨਾ ਚਾਹੁੰਦਾ, ਜਿੱਥੋਂ ਤੱਕ ਸਵਾਲ ਹੈ ਕਿ ਤੁਸੀਂ ਆਪ ਵਾਲੇ ਦੀ ਮਦਦ ਕਰਦੇ ਹੋ, 21 ਦਿਨ ਧਰਨਾ ਰਿਹਾ ਬਠਿੰਡੇ ਕਿਹਦੇ ਖਿਲਾਫ਼ ਸੀ? ਆਪ ਵਾਲਿਆਂ ਦੇ ਖਿਲਾਫ਼ ਸੀ। ਉਹਨਾਂ ਨੇ ਚੋਣਾਂ ਦੇ ਮੌਕੇ ਐਲਾਨ ਕੀਤਾ ਮੰਡੀਆਂ ਨੂੰ ਖਤਮ ਕਰਕੇ ਤੇ ਸ਼ੈਲੋ ਗੋਦਾਮਾਂ ਚ ਕਣਕ ਲਿਜਾਣ ਦਾ। ਉਸੇ ਦਿਨ ਅਸੀਂ ਸਾਰੇ ਮੰਤਰੀਆਂ ਦੇ 12 ਚ ਗਏ ਹਾਂ, ਉਦੋਂ ਅਗਲੇ ਦਿਨ ਹੀ 2 ਤਰੀਕ ਨੂੰ। ਜੇ ਅਸੀਂ ਉਹਨਾਂ ਦੇ ਪੱਖ ਚ ਹੁੰਦੇ ਫਿਰ ਅਸੀਂ ਘੇਸਣ ਮਾਰ ਲੈਂਦੇ ਉਹਨਾਂ ਗੱਲਾਂ ਚ। ਚੰਡੀਗੜ੍ਹ ਸਾਡਾ 8 ਦਾ ਰੱਖਿਆ ਸੀ, ਉਹਨਾਂ ਨੂੰ ਤੁਰਤ ਚੋਣਾਂ ਚ ਹਰਜਾ ਹੋਣ ਕਰਕੇ ਤੁਰਤ ਵਾਪਸ ਲੈਣਾ ਪਿਆ। ਬਠਿੰਡੇ ਦੇ ਵਿੱਚ ਖੁੱਡੀਆਂ ਸਾਹਿਬ ਖੜੇ ਹੈ, ਉਹਨੂੰ ਥਾਂ ਥਾਂ ਤੇ ਸਵਾਲ ਕਰਿਆ, ਥਾਂ ਥਾਂ ਤੇ ਉਹਨੂੰ ਘੇਰਿਆ। ਇਹਦੇ ਅਮਿਤ ਦੇ ਬਾਰ ਗਏ ਆਏ ਆ, ਚੋਣੇ ਸੀਗੇ ਮੀਤ ਹੈਰ ਦੇ ਬਾਰ ਚ ਆਏ ਆ, ਸਵਾਲ ਇਹਨਾਂ ਨੂੰ ਵੀ ਕਰ ਰਹੇ ਹਾਂ। ਸਾਡਾ ਨੇੜਿਓ ਕੋਈ ਨਹੀਂ, ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਸੰਸਥਾ ਚਾਹੇ ਵਿਧਾਨ ਸਭਾ ਦੀ ਹੈ ਚਾਹੇ ਪਾਰਲੀਮੈਂਟ ਦੀ ਹੈ, ਇਹ ਸੰਸਥਾ ਲੋਕਾਂ ਦੇ ਵਿਰੋਧੀ ਵੀ ਫੈਸਲੇ ਕਰਦੀ ਹੈ, ਇੱਕ ਵੀ ਫੈਸਲਾ ਲੋਕਾਂ ਦੇ ਹੱਕ ਦਾ ਨਹੀਂ। ਇਹ ਚੋਣਾਂ ਸਾਡੇ ਲੋਕਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਕਰਦੀਆਂ, ਲੋਕਾਂ ਨੂੰ ਧਰਮ ਦੇ ਨਾਂ ਤੇ ਜਾਤ ਦੇ ਤੌਰ ਤੇ ਬਹੁਤ ਬੁਰੀ ਤਰ੍ਹਾਂ ਪਾੜਦੀਆਂ, ਤੇ ਆਪਦਾ ਇਹ ਮਸਲਾ ਹੱਲ ਕਰਦੀਆਂ, ਕਿਉਂਕਿ ਕੁਰਸੀ ਤੇ ਕੌਣ ਜਾਵੇ, ਬਹੁਤ ਵੱਡੀ ਲੜਾਈ ਹੈ ਇਹਨਾਂ ਦੀ, ਉਹ ਲੜਾਈ ਗੱਲ ਵੱਢ ਵੀ ਨਾ ਬਣੇ, ਉਹਦਾ ਫੈਸਲਾ ਲੋਕਾਂ ਤੋਂ ਕਰਾਉਂਦੇ ਤੇ ਲੋਕਾਂ ਨੂੰ ਪਾੜਦੇ ਤੇ ਲੋਕਾਂ ਦੇ ਉਲਟ ਸਾਰੇ ਫੈਸਲੇ ਲੈਂਦੇ। ਲੋਕਤੰਤਰ ਹੈ ਹੀ ਨਹੀਂ, ਜੇ ਇਹਨੂੰ ਕੋਈ ਲੋਕਤੰਤਰ ਕਹਿੰਦਾ ਹਿੰਦੁਸਤਾਨ, ਇਹ ਲੋਕਤੰਤਰ ਕਿੱਥੇ ਹੈ? ਜਿਹੜੀ ਪਾਰਲੀਮੈਂਟ ਹੈ ਉਦੋਂ ਪਾਸੇ ਪਾਸੇ ਫੈਸਲੇ ਹੋ ਜਾਂਦੇ, ਕਾਲੇ ਕਾਨੂੰਨ ਲਿਆਂਦੇ ਕਿਹੜੀ ਪਾਰਲੀਮੈਂਟ ਚ ਪਾਸ ਕਰਾਏ ਸੀ ਇਹਨਾਂ ਨੇ? ਅੱਜ ਜਹਾਜ਼ਾਂ ਦਾ ਇਹਨਾਂ ਨੇ ਫੈਸਲਾ ਕੀਤਾ, ਮੈਨੂੰ ਜਹਾਜ਼ਾਂ ਦਾ ਨਾਮ ਨਹੀਂ ਆਉਂਦਾ, ਕਿਹੜੀ ਪਾਰਲੀਮੈਂਟ ਚ ਫੈਸਲੇ ਕੀਤੇ? ਫੈਸਲੇ ਤਾਂ ਪਾਰਲੀਮੈਂਟ ਤੋਂ ਪਾਸੇ ਹੀ ਹੋ ਜਾਂਦੇ ਆ, ਪਾਰਲੀਮੈਂਟ ਦਾ ਲੋਕਾਂ ਲਈ ਵਿਖਾਵਾ, ਹਾਂ ਵੀ ਇੱਥੇ ਤੁਹਾਡੇ ਭਾਈ ਇਨਸਾਫ਼ ਦੇ ਹੁੰਦੇ ਆ। ਕੋਈ ਜਮਹੂਰੀਅਤ ਨਹੀਂ, ਤਾਨਾਸ਼ਾਹੀ ਦਾ ਰਾਜ ਹੈ ਤੇ ਤਾਨਾਸ਼ਾਹੀ ਚੱਲ ਰਹੀ ਹੈ, ਸਾਨੂੰ ਬੋਲਣ ਦਾ ਹੱਕ ਨਹੀਂ। ਜੇ ਮੋਦੀ ਨੇ ਉਹਨੇ ਬੋਲਣਾ ਸੀਗਾ, ਉਹਦਾ ਅਧਿਕਾਰ ਹੈ, ਤੇ ਸਾਨੂੰ ਇਹ ਰਾਈਟਾਂ ਕਰਨਗੇ, ਰਾਹਾਂ 'ਚ ਘੇਰ ਦੇਣਗੇ, ਸਾਡਾ ਅਧਿਕਾਰ ਕਿੱਧਰ ਗਿਆ? ਇਹਨੂੰ ਅਸੀਂ ਜਮਹੂਰੀਅਤ ਕਹਿ ਦਈਏ? ਕੋਈ ਜਮਹੂਰੀਅਤ ਨਹੀਂ ਤਾਨਾਸ਼ਾਹੀ ਦਾ। ਬੜਾ ਜ਼ਰੂਰੀ ਹੈ, ਕਿਸਾਨ ਜਥੇਬੰਦੀਆਂ ਦਾ ਗਠਨ ਹੋਇਆ ਕਿਸਾਨੀ ਮਸਲਿਆਂ ਦੇ ਸੰਬੰਧੀ, ਇੱਕ ਮੁੱਦਾ ਇੱਕ ਚਰਚਾ ਬੜੀ ਪੰਜਾਬ ਦੇ ਵਿੱਚ ਚੱਲੀ ਕਿ ਕਿਸਾਨ ਜਥੇਬੰਦੀਆਂ ਕਿਸਾਨ ਆਗੂ ਲੋਕਾਂ ਦੇ ਨਿੱਜੀ ਮਸਲਿਆਂ 'ਚ ਵੀ ਧਰਨੇ ਦੇਣ ਲੱਗੀਆਂ, ਬੜਾ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਕੀ ਤੁਸੀਂ ਸਮਝਦੇ ਹੋ ਕਿ ਇਹ ਨਿੱਕੇ ਨਿੱਕੇ ਨਿੱਜੀ ਮਸਲੇ ਜਿਹੜੇ ਕਿ ਕਾਨੂੰਨੀ ਪਲੇਟਫਾਰਮ 'ਤੇ ਵੀ ਨਜਿੱਠੇ ਜਾ ਸਕਦੇ ਨੇ, ਉੱਥੇ ਕਿਸਾਨ ਜਥੇਬੰਦੀਆਂ ਦਾ ਗਠਨ ਕਿੰਨਾ ਕੁ ਜ਼ਿਆਦਾ ਸਮਝਦੇ ਹੋ? ਦੇਖੋ, ਇਹ ਬਹੁਤ ਇੱਕ ਛੋਟੇ ਜਿਹੇ ਖਿੱਤੇ ਦੀ, ਇੱਕ ਛੋਟੇ ਜਿਹੀ ਬੰਦਿਆਂ ਦੀ, ਥੋੜੇ ਜਿਹੇ ਬੰਦਿਆਂ ਦੀ ਇੱਕ ਛੋਟੀ ਜਿਹੀ ਘਟਨਾ ਹੈ ਜਿਹੜੀ ਇੱਥੇ ਵਾਪਰੀ ਹੈ ਬਰਨਾਲੇ ਦੀ, ਤੇ ਇਹਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕਰ ਲਿਆ ਜਿਵੇਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ ਇੱਕ ਬਹੁਤ ਵੱਡਾ ਵਿਰੋਧ ਹੁੰਦਾ। ਇਸ ਤਰ੍ਹਾਂ ਦੇ ਨਹੀਂ, ਉਹ ਇੱਕ ਜਥੇਬੰਦੀ ਦੇ ਵਰਕਰ ਆ, ਉਹ ਇੱਕ ਜਥੇਬੰਦੀ ਦੇ ਵਰਕਰ ਦਾ ਕੋਈ ਇਮੀਗ੍ਰੇਸ਼ਨ ਤੇ ਕੋਈ ਲੈਣ ਦੇਣ ਦਾ ਛੋਟਾ ਜਿਹਾ ਝਗੜਾ ਸੀ, ਉਹ ਥੋੜੇ ਜਿਹੇ ਬੰਦਿਆਂ ਦੇ ਵਿੱਚ ਆਪਸ ਵਿੱਚ ਤੂੰ ਤੂੰ ਮੈਂ ਹੋਏ, ਜਿਹੜੇ ਬਹੁਤ ਹੀ ਮੰਦਭਾਗੀ ਸਮਝਦੇ ਸੀ। ਦੋ ਸੰਸਥਾਵਾਂ ਦਾ ਟਕਰਾਅ ਬਣਾ ਕੇ ਪੇਸ਼ ਕਰਨਾ, ਇਹ ਇੱਕ ਕਿਸੇ ਪੋਲੀਟੀਕਲ ਬੰਦੇ ਦੀ ਚਾਲ ਖੇਡ ਹੈ ਕਿ ਕਿਸਾਨ ਜਥੇਬੰਦੀਆਂ ਦਾ ਤੇ ਵਪਾਰੀਆਂ ਦਾ ਟਕਰਾਅ ਬਣਾ ਕੇ
ਪੰਜਾਬ ਦੇ ਵਿੱਚ ਦੋ ਖਿੱਤਿਆਂ ਨੂੰ ਦੋ ਜਮਾਤਾਂ ਨੂੰ ਆਪਸ ਵਿੱਚ ਪੜਿਆ ਕੇ ਇਹਦਾ ਲਾਹਾ ਲੈਣ ਦਾ ਇੱਕ ਵੋਟਾਂ ਦੀ ਖੇਡ ਹੈ ਇਹ। ਵੈਸੇ ਇਹ ਬਹੁਤ ਵੱਡੀ ਗੱਲ ਨਹੀਂ ਹੈ, ਇਹ ਤੁਸੀਂ ਵੀ ਦੇਖੀ ਹੈ, ਉਹ ਜੋ ਹੋਇਆ ਜਿਤਨਾ ਵੀ ਹੋਇਆ ਅਸੀਂ ਤਾਂ ਉਹਦੀ ਬਹੁਤ ਨਿਖੇਧੀ ਕਰਦੇ ਹਾਂ ਤੇ ਬਹੁਤ ਮੰਦਭਾਗ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅੱਜ ਹੀ ਸਾਡੇ ਕੋਲ ਵਪਾਰ ਮੰਡਲ ਵਾਲੇ ਸਾਥੀ ਆ ਕੇ ਗਏ ਨੇ, ਉਹ ਸਾਡੇ ਨਾਲ ਹਮੇਸ਼ਾ ਹੀ ਸਾਥ ਚੱਲਦੇ ਨੇ। ਤੁਸੀਂ ਪੰਜਾਬ ਦੇ ਕਿਸਾਨ ਆਪਣੇ ਸੰਗਰੂਰ ਦੇ ਵਿੱਚ ਵਪਾਰਕ ਮੰਡਲ ਦੇ ਵਪਾਰੀਆਂ ਦੀ ਬੰਦਿਆਂ ਦੀ ਮੀਟਿੰਗ ਹੋਈ ਹੈ, ਉਹ ਸਾਡੇ ਨਾਲ ਕਦੇ ਵਿਰੋਧ ਚ ਆਏ ਨੀ, ਜਿਹੜੀ ਅਸੀਂ ਕਾਲ ਦਿੱਤੀ ਹੈ ਤੁਸੀਂ ਦੇਖੀ ਹੋਣੀ ਬਠਿੰਡੇ ਦੇ ਵਿੱਚ ਆਪਣੇ ਬਰਨਾਲੇ ਚ ਵੀ ਦੇਖੀ ਹੈ, ਜਿਹਨੇ ਸੰਯੁਕਤ ਮੋਰਚੇ ਦੀ ਕਾਲ ਹੁੰਦੀ ਅਸੀਂ ਬੰਦ ਦੀ ਕਾਲ ਕਰਦੇ ਤੇ ਸਾਰੇ ਵਪਾਰੀ ਸਾਡੇ ਨਾਲ ਸਹਿਯੋਗ ਦਿੰਦੇ ਰਹੇ ਆ, ਸਾਡੇ ਕੋਲ ਜਾਂਦੇ ਰਹੇ ਆ। ਅਸਲ ਤੇ ਦੋ ਖਿੱਤਿਆਂ ਦੀ ਲੜਾਈ ਇਹ ਪੋਲੀਟੀਕਲ ਲੋਕਾਂ ਦੀ ਬਣਾਈ ਹੋਈ ਲੜਾਈ ਹੈ, ਐਡੀ ਇਹ ਗੱਲ ਨਹੀਂ ਜਿੱਡੀ ਇਹਨੂੰ ਪੇਸ਼ ਕੀਤਾ ਜਾ ਰਿਹਾ।